ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ਦੇ ਵਿੱਚੋਂ ਸਿਵਲ ਸਰਜਨ ਦਫ਼ਤਰ ਦੇ ਕਰਮਚਾਰੀ ਦਾ ਮੋਟਰਸਾਈਕਲ ਹੋਇਆ ਚੋਰੀ। ਕਰਮਚਾਰੀ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਦਫ਼ਤਰ ਸਿਵਲ ਸਰਜਨ ਦੇ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦਾ ਦਫ਼ਤਰ ਸਿਵਲ ਸਰਜਨ ਦੇ ਵਿੱਚੋਂ ਹੀ ਮੋਟਰਸਾਈਕਲ ਚੋਰੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਕਰਮਚਾਰੀ ਨੇ ਦੱਸਿਆ ਕਿ ਉਸ ਦੇ ਵੱਲੋਂ ਦੁਪਹਿਰ 3 ਵਜੇ ਮੋਟਰਸਾਈਕਲ ਇੱਥੇ ਖੜਾ ਕੀਤਾ ਗਿਆ ਸੀ, ਲੇਕਿਨ ਥੋੜੀ ਦੇਰ ਬਾਅਦ ਜਦੋਂ ਬਾਹਰ ਆਏ ਤਾਂ ਮੋਟਰਸਾਈਕਲ ਗਾਇਬ ਸੀ। ਜਿਸ ਤੋਂ ਬਾਅਦ ਉਹਨਾਂ ਨੇ ਮੋਟਰਸਾਈਕਲ ਦੀ ਭਾਲ ਕੀਤੀ ਤਾਂ ਮੋਟਰਸਾਈਕਲ ਨਹੀਂ ਮਿਲਿਆ। ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਸਿਵਲ ਸਰਜਨ ਦਫ਼ਤਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀ ਹੈ, ਲੇਕਿਨ ਕੋਈ ਕਾਰਵਾਈ ਨਹੀਂ ਹੋਈ ਹੈ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਅਤੇ ਮੋਟਰਸਾਈਕਲ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਕੀ ਨਾਮ ਹੈ ਤੁਹਾਡਾ ਜੀ? ਵਿਕਾਸ ਜੀ। ਜੀ ਵਿਕਾਸ ਜੀ, ਕਿੱਥੇ ਕੰਮ ਕਰਦੇ ਹੋ? ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਜੀ। ਅੱਛਾ ਜੀ, ਕੀ ਪਰੇਸ਼ਾਨੀ ਹੋਈ ਤੁਹਾਨੂੰ? ਮੇਰਾ ਇੱਥੋਂ ਬਾਈਕ ਚੱਕਿਆ ਗਿਆ ਜੀ, ਅਤੇ ਬਸ। ਕੋਈ ਕੈਮਰੇ ਕੁਮਰੇ ਨਹੀਂ ਲੱਗੇ ਹੋਏ? ਕੈਮਰੇ ਇੱਥੇ ਨਹੀਂ ਲੱਗੇ ਹੋਏ ਜੀ। ਅੱਛਾ ਜੀ, ਪਹਿਲਾਂ ਵੀ ਕੋਈ ਘਟਨਾ ਹੋਈ ਹੈ? ਪਹਿਲਾਂ ਵੀ 2-3 ਮੋਟਰਸਾਈਕਲ ਚੱਕੇ ਗਏ ਆ ਪਹਿਲਾਂ। ਅੱਛਾ ਜੀ, ਤੁਸੀਂ ਪੁਲਿਸ ਨੂੰ ਦਿੱਤੀ ਸੂਚਨਾ? ਹਾਂਜੀ ਹਾਂਜੀ, ਪੁਲਿਸ ਨੂੰ ਸੂਚਨਾ ਦਿੱਤੀ। ਕਿਹੜਾ ਹੈਗਾ ਸੀ ਮੋਟਰਸਾਈਕਲ? ਸਪਲੈਂਡਰ ਪਲੱਸ ਜੀ। ਅੱਛਾ, ਕਿਹੜੇ ਕਲਰ ਦਾ? ਕਾਲੇ ਕਲਰ ਦਾ। ਅੱਛਾ ਜੀ, ਕਿੰਨੇ ਵਜੇ ਖੜਾ ਕੀਤਾ ਸੀ ਅਤੇ ਕਦੋਂ ਦੇਖਿਆ ਤੁਹਾਨੂੰ ਪਤਾ ਲੱਗਿਆ? 3 ਵਜੇ ਖੜਾ ਕੀਤਾ ਸੀ ਮੈਂ, ਅਤੇ ਉਸ ਤੋਂ ਬਾਅਦ ਨਹੀਂ ਮਿਲਿਆ ਬਾਈਕ। ਅੱਛਾ ਜੀ, ਹੁਣ ਕੀ ਮੰਗ ਕਰਦੇ ਹੋ? ਬਸ ਇਹੀ ਮੰਗ ਕਰਦਾ ਜੀ, ਪੁਲਿਸ ਨੂੰ ਬਾਈਕ ਮੇਰਾ ਲੱਭਿਆ ਜਾਵੇ।